ਕੀ ਤੁਹਾਡੇ ਦੰਦਾਂ ਦਾ ਪੀਲਾਪਨ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਅਸੀਂ ਦੇਖ ਰਿਹਾ ਕਿ ਕਈ ਤਰ੍ਹਾਂ ਦੇ ਸਾਡੇ ਗਲਤ ਖਾਣ ਪੀਣ ਦੇ ਨਾਲ ਕਈ ਵਾਰੀ ਦੰਦਾਂ ਦੇ ਉੱਪਰ ਪੀਲਾਪਨ ਹੋ ਜਾਂਦਾ ਹੈ ਜਿਸ ਕਰਕੇ ਕਈ ਵਾਰੀ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ ਸਾਡੀ ਪਰਸਨੈਲਿਟੀ ਦੇ ਵਿੱਚ ਸਾਡੇ ਪੀਲੇ ਦੰਦ ਅਗਰ ਹੋ ਜਾਂਦੇ ਨੇ ਇਹ ਬਹੁਤ ਹੀ ਜ਼ਿਆਦਾ ਖੁਦ ਨੂੰ ਜੋ ਹੈ ਅਸੀਂ ਕੌਂਸ਼ੀਅਸ ਫੀਲ ਕਰਦੇ ਹਾਂ ਜਦੋਂ ਅਸੀਂ ਕਿਸੇ ਦੇ ਸਾਹਮਣੇ ਜਾਂਦੇ ਹਾਂ ਚਾਹੇ ਮੀਟਿੰਗ ਹੋਵੇ ਚਾਹੇ ਅਸੀਂ ਫਰੈਂਡਸ ਦੇ ਵਿੱਚ ਹੁੰਨੇ ਆ ਜਾਂ ਫਿਰ ਅਸੀਂ ਆਪਣੇ ਕਿਸੇ ਫੈਮਿਲੀ ਫੰਕਸ਼ਨ ਵਿੱਚ ਜਾਂਦੇ ਹਾਂ ਤਾਂ ਸਮਾਈਲ ਕਰਨ ਨੂੰ ਵੀ ਫਿਰ ਦਿਲ ਨਹੀਂ ਕਰਦਾ ਜਦੋਂ ਦੰਦਾਂ ਪਰ ਪੀਲਾਪਨ ਨਜ਼ਰ ਆਂਦਾ ਹੈ ਤਾਂ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਜਾਂ ਘਰੇਲੂ ਨੁਸਖਾ ਘਰੇਲੂ ਤਰੀਕਾ ਦੱਸਣ ਜਾ ਰਹੀਆਂ ਇਸ ਦੇ ਨਾਲ ਬੜੀ ਹੀ ਆਰਾਮ ਦੇ ਨਾਲ ਤੁਸੀਂ ਦੰਦਾਂ ਦੇ ਪੀਲੇਪਨ ਨੂੰ ਦੂਰ ਕਰ ਸਕਦੇ ਹੋ ਔਰ ਦੇਖੋ ਕਈ ਤਾਂ ਕਈ ਮਹਿੰਗੇ ਮਹਿੰਗੇ ਟ੍ਰੀਟਮੈਂਟਸ ਵੀ ਕਰਵਾਉਂਦੇ ਨੇ ਪਰ ਤੁਸੀਂ ਇੱਕ ਵਾਰੀ ਇਹ ਘਰੇਲੂ ਨੁਸਖਾ ਅਜ਼ਮਾ ਕੇ ਜ਼ਰੂਰ ਦੇਖਿਓ ਅਗਰ ਇਹ ਹੀ ਤੁਹਾਨੂੰ ਸੂਟ ਬੈਠ ਗਿਆ ਅਗਰ ਇਸ ਦੇ ਨਾਲ ਹੀ ਤੁਹਾਡੇ ਦੰਦਾਂ ਦਾ ਪੀਲਾਪਨ ਦੂਰ ਚਲਾ ਜਾਂਦਾ ਤਾਂ ਫਿਰ ਤੁਹਾਨੂੰ ਮਹਿੰਗੇ ਟ੍ਰੀਟਮੈਂਟ ਦੀ ਵੀ ਜ਼ਰੂਰਤ ਨਹੀਂ ਪੈਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਦੇਖੋ ਆਪਾਂ ਰੀਜ਼ਨਸ ਸਮਝਣ ਵੀ ਗੱਲ ਕਰ ਲੈਨੇ ਕਿ ਆਖਿਰ ਦੰਦਾਂ ਦੇ ਉੱਪਰ ਪੀਲਾਪਨ ਹੁੰਦਾ ਕਿਉਂ ਤਾਂ ਕਿ ਤੂੰ ਉਸੇ ਉਹਨਾਂ ਕਾਰਨਾਂ ਨੂੰ ਸਮਝ ਲਓ ਅਗਰ ਤੁਸੀਂ ਉਹ ਗਲਤੀਆਂ ਕਰ ਰਹੇ ਹੋ ਮਿਸਟੇਕਸ ਕਰ ਰਹੇ ਹੋ ਤਾਂ ਉਹਨਾਂ ਨੂੰ ਸੁਧਾਰਨਾ ਵੀ ਜ਼ਰੂਰ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਸਿਰਫ ਹੋਮ ਰੈਮਡੀਸ ਆ ਕਰ ਰਹੇ ਆ ਲੇਕਿਨ ਜੋ ਅਸੀਂ ਗਲਤੀਆਂ ਕਰ ਰਹੇ ਆ ਜਿਸ ਕਰਕੇ ਦੰਦਾਂ ਦੇ ਉੱਪਰ ਪੀਲਾਪਨ ਛਾਂਦਾ ਹੀ ਜਾ ਰਿਹਾ ਹੈ ਉਸ ਨੂੰ ਅਸੀਂ ਠੀਕ ਨਹੀਂ ਕਰ ਰਹੇ ਸੋ ਗਲਤੀਆਂ ਦੇ ਅਗਰ ਰੀਜ਼ਨਸ ਦੀ ਆਪਾਂ ਗੱਲ ਕਰ ਲਈਏ ਨਾ ਤਾਂ ਪਹਿਲਾਂ ਤਾਂ ਜੋ ਆਪਾਂ ਦੰਦਾਂ ਦੀ ਸਫਾਈ ਠੀਕ ਤਰ੍ਹਾਂ ਨਹੀਂ ਕਰਦੇ ਆ ਸਵੇਰੇ ਔਰ ਸ਼ਾਮ ਨੂੰ ਬਰਸ਼ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਜੋ ਵੀ ਅਸੀਂ ਖਾਂਦੇ ਪੀਂਦੇ ਆ ਜੋ ਵੀ ਕੁਝ ਦੰਦਾਂ ਰੈਗੂਲਰ ਜੋ ਹੈ ਸਾਫ ਹੁੰਦਾ ਰਵੇ ਤੇ ਦੰਦ ਖਰਾਬ ਨਾ ਹੋਣ ਦੂਸਰਾ ਹੈ ਜਿਹੜੇ ਬਹੁਤ ਜ਼ਿਆਦਾ ਚਾਹ ਪੀਂਦੇ ਨੇ ਬਹੁਤ ਜ਼ਿਆਦਾ ਕੌਫੀ ਪੀਂਦੇ ਨੇ ਤਾਂ ਫਿਰ ਉਹ ਜਿਹੜਾ ਕੌਫੀ ਔਰ ਚਾਹ ਦਾ ਸਟੇਨ ਹੈ ਉਹ ਵੀ ਹੌਲੀ ਹੌਲੀ ਦੰਦਾਂ ਤੇ ਪੀਲਾਪਨ ਦੇ ਰੂਪ ਦੇ ਵਿੱਚ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਜੋ ਬਹੁਤ ਜ਼ਿਆਦਾ ਅਗਰ ਤੰਬਾਕੂ ਦਾ ਯੂਜ਼ ਕਰਦੇ ਨੇ ਸਿਗਰਟ ਸਮੋਕਿੰਗ ਬਹੁਤ ਜ਼ਿਆਦਾ ਕਰਦੇ ਆ ਉਹਨਾਂ ਦੇ ਵੀ ਦੰਦਾਂ ਤੇ ਪੀਲਾਪਨ ਕੀ ਹੋਰ ਵੀ ਟੇਜ਼ ਆ ਰਹੀ ਦੰਦਾਂ ਨੂੰ ਲੈ ਕੇ ਮੂੰਹ ਨੂੰ ਲੈ ਕੇ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਕਈ ਵਾਰੀ ਉਮਰ ਵਧਨ ਦੇ ਨਾਲ ਨਾਲ ਵੀ ਜੋ ਹੈ ਦੰਦਾਂ ਦੇ ਉੱਪਰ ਪੀਲਾਪਨ ਹੋਣਾ ਸ਼ੁਰੂ ਹੋ ਜਾਂਦਾ ਅੱਜ ਕੇਲੇ ਦੇ ਛਿਲਕੇ ਦਾ ਆਪਾਂ ਜ਼ਿਕਰ ਕਰਨ ਜਾ ਰਹੇ ਆਂ ਕੇਲੇ ਦੇ ਛਿਲਕੇ ਵਿੱਚ ਇੱਕ ਆਸਾਨ ਜੀ ਬਹੁੜੀ ਹਰ ਘਰ ਦੇ ਵਿੱਚ ਜੋ ਚੀਜ਼ ਮੌਜੂਦ ਹੁੰਦੀ ਆ ਉਹ ਤੁਸੀਂ ਮਿਕਸ ਕਰਕੇ ਅਗਰ ਹਫ਼ਤੇ ਵਿੱਚ ਦੋ ਵਾਰ ਇਸ ਨੂੰ ਯੂਜ਼ ਕਰ ਲਿਆ ਨਾ ਤਰੀਕਾ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਣ ਵਾਲੀਆਂ ਸਹੀ ਢੰਗ ਦੇ ਨਾਲ ਕਿ ਕਿਵੇਂ ਤੁਸੀਂ ਇਸ ਨੂੰ ਯੂਜ਼ ਕਰਨਾ ਹੈ ਅਗਰ ਤੁਸੀਂ ਇਸ ਨੂੰ ਯੂਜ਼ ਕਰ ਲੈਨੇ ਹੋ ਤਾਂ ਤੁਸੀਂ ਖੁਦ ਦੇਖੋਗੇ ਕਿ ਕੁਝ ਵਾਰ ਹੀ ਤੁਸੀਂ ਅਗਰ ਇਸ ਨੂੰ ਕਿਉਂਕਿ ਹਫਤੇ 'ਚ ਦੋ ਵਾਰ ਅਪਲਾਈ ਕਰਨਾ ਹੈ ਤਾਂ ਮੈਂ ਆਪਾਂ 4 ਹਫਤੇ ਦਾ ਵੀ ਖੁਦ ਨੂੰ ਟਾਈਮ ਦਈਏ ਤਾਂ ਉਸ ਵਿੱਚ ਤੁਹਾਨੂੰ ਢੇਰ ਸਾਰਾ ਫਰਕ ਇਸ ਦੇ ਨਾਲ ਜ਼ਰੂਰ ਨਜ਼ਰ ਆਣ ਵਾਲਾ ਹੈ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਆਖਿਰ ਅਜੇਹਾ ਕੀ ਹੈ ਕੇਲੇ ਵਿੱਚ ਜਾਂ ਕੇਲੇ ਦੇ ਛਲਕਿਆਂ ਦੇ ਵਿੱਚ ਜਿਸ ਦੇ ਨਾਲ ਸਾਡੇ ਦੰਦਾਂ ਦਾ ਪੀਲਾਪਨ ਦੂਰ ਹੋ ਸਕਦਾ ਹੈ ਦੇਖੋ ਕੇਲੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਮਿਨਰਲਸ ਔਰ ਵਿਟਾਮਿਨਸ ਮੌਜੂਦ ਨੇ ਤੇ ਉਹ ਮਿਨਰਲਸ ਜਿਹੜੇ ਨੇ ਨਾ ਕੇਲੇ ਦੇ ਛਿਲਕੇ ਦੇ ਵਿੱਚ ਵੀ ਮਿਲਦੇ ਨੇ ਤੇ ਇਸੇ ਦਾ ਅਸੀਂ ਫਾਇਦਾ ਲੈਣਾ ਹੈ ਕੇਲੇ ਦੇ ਛਿਲਕਿਆਂ ਦੇ ਵਿੱਚ ਵੀ ਤੁਹਾਨੂੰ ਪੋਟਾਸ਼ੀਅਮ ਮਿਲ ਜਾਂਦਾ ਹੈ ম্যাগਨੀਸ਼ੀਅਮ ਮਿਲ ਜਾਂਦਾ ਹੈ ਮੈਗਨੀਜ਼ ਮਿਲ ਜਾਂਦਾ ਹੈ ਜੋ ਕਿ ਸਾਡੇ ਦੰਦਾਂ ਦੀ ਵਾਈਟਨਿੰਗ ਦੇ ਵਿੱਚ ਸਾਡੀ ਹੈਲਪ ਕਰਨ ਵਾਲੇ ਨੇ ਸਾਡੇ ਦੰਦਾਂ ਦੀ ਚੰਗੀ ਹੈਲਥ ਦੇ ਲਈ ਕਿ ਸਿਹਤਮੰਦ ਰਹਿਣ ਔਰ ਕੋਈ ਵੀ ਜੋ ਸਟੇਨ ਪੈ ਰਹੇ ਆ ਪੀਲਾਪਨ ਹੋ ਰਿਹਾ ਹੈ ਦਾਗ ਤੱਕ ਤੱਬੇ ਅਗਰ ਕਿਤੇ ਤਾਨੂੰ ਦਿਖਾਈ ਦੇਣੇ ਸ਼ੁਰੂ ਹੋ ਗਏ ਨੇ ਤੁਹਾਡੇ ਦੰਦਾਂ ਦੇ ਉੱਪਰ ਤੇ ਉਸੇ ਵਿੱਚ ਬਹੁਤ ਜ਼ਿਆਦਾ ਮਦਦ ਕਰ ਰਿਹਾ ਹੈ ਵੈਸੇ ਵੀ ਜਦੋਂ ਆਪਾਂ ਕੇਲੇ ਦੀ ਗੱਲ ਕਰਦੇ ਆਂ ਤੇ ਇਸ ਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਹੋਣ ਦੇ ਨਾਲ ਅਸੀਂ ਕਹਿੰਦੇ ਸਾਡੀ ਚੰਗੀ ਸਿਹਤ ਦਿਲ ਦੇ ਲਈ ਵੀ ਅੱਛਾ ਹੈ ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਉਸ ਲਈ ਵੀ ਚੰਗਾ ਹੈ ਤੇ ਜਦ ਤੁਸੀਂ ਕੇਲਾ ਖਾਣਾ ਹੀ ਹੈ ਤਾਂ ਉਸ ਦੇ ਕੇਲੇ ਦੇ ਛਿਲਕੇ ਨੂੰ ਵੀ ਤੁਸੀਂ ਵਰਤ ਲਓ ਤੇ ਆਪਣੇ ਦੰਦਾਂ ਨੂੰ ਵੀ ਖੂਬਸੂਰਤ ਚਮਕਦਾਰ ਮੋਤੀਆਂ ਵਰਗੇ ਬਣਾਉਣ ਦੇ ਲਈ ਪੀਲਾਪਨ ਦੂਰ ਕਰਨ ਦੇ ਲਈ ਨਾਲ ਦੀ ਨਾਲ ਇਸ ਕੇਲੇ ਦੇ ਛਿਲਕੇ ਦਾ ਵੀ ਫਾਇਦਾ ਜ਼ਰੂਰ ਹੋ ਤੇ ਇਸ ਦੇ ਨਾਲ ਤੁਸੀਂ ਵਰਤਨਾ ਕੀ ਹੈ ਪਹਿਲਾਂ ਤਾਂ ਦੇਖੋ ਇੱਕ ਵਾਰੀ ਤੁਸੀਂ ਜਿਹੜਾ ਕੇਲੇ ਦਾ ਛਿਲਕਾ ਹੈ ਉਸ ਦਾ ਜਿਹੜਾ ਅੰਦਰਲਾ ਪਾਰਟ ਹੁੰਦਾ ਹੈ ਉਸ ਦੇ ਨਾਲ ਤੁਸੀਂ ਆਪਣੇ ਦੰਦਾਂ ਨੂੰ ਆਰਾਮ ਨਾਲ ਹੌਲੀ-ਹੌਲੀ ਰਗੜਨਾ ਹੈ ਸਾਫ਼ ਕਰਨਾ ਹੈ ਤਾਂ ਕਿ ਉਸ ਦੇ ਵਿੱਚ ਜਿੰਨੇ ਵੀ ਮਿਨਰਲਸ ਨੇ ਉਹ ਦੰਦਾਂ ਦੇ ਉੱਪਰ ਚਿਪਕ ਜਾਣ ਇੱਕ ਪਰਤ ਜੋ ਹੈ ਆਪਣੇ ਆਪ ਹੀ ਬਣ ਜਾਏਗੀ ਉਸ ਦੇ ਵਿੱਚ ਜਿੰਨੇ ਵੀ ਮਿਨਰਲਸ ਨੇ ਜਦੋਂ ਤੁਸੀਂ ਇੱਕ ਵਾਰੀ ਆਪਣੇ ਦੰਦਾਂ ਨੂੰ ਬਰਸ਼ ਕਰਨ ਤੋਂ ਬਾਅਦ ਸਾਫ਼ ਕਰਨ ਤੋਂ ਬਾਅਦ ਉਸ ਨੂੰ ਕੇਲੇ ਦੇ ਅੰਦਰਲੇ ਛਿਲਕੇ ਦੇ ਨਾਲ ਰਗੜ ਦਿਓ ਹੌਲੀ-ਹੌਲੀ ਉੱਪਰ ਤੋਂ ਲੈ ਕੇ نیچے ਗੋਲ-ਗੋਲ ਰਾਉਂਡ-ਰਾਉਂਡ ਤੁਸੀਂ ਕੇਲੇ ਦੇ ਛਿਲਕੇ ਨਾਲ ਦੰਦਾਂ ਨੂੰ ਸਾਫ਼ ਕਰਨਾ ਹੈ ਤੇ ਕੁਝ ਦੇਰ ਬਾਅਦ ਉਸ ਦੇ ਵਿੱਚ ਜਿਹੜਾ ਫਿਰ ਕੇਲੇ ਦਾ ਛਿਲਕੇ ਦਾ ਅੰਦਰਲਾ ਪਾਸਾ ਹੈ ਉਸੇ ਲਈ ਤੁਸੀਂ ਇੱਕ ਪੇਸਟ ਤਿਆਰ ਕਰਨੀ ਹੈ ਜਿਹੜੀ ਇਸ ਦੇ ਵਿੱਚ ਲਗਾਣੀ ਹੈ ਤਾਂ ਪੇਸਟ ਕਿਸ ਚੀਜ਼ ਦੇ ਨਾਲ ਬਣਾਣੀ ਉਹ ਬਣਾਣੀ ਹੈ ਤੁਸੀਂ ਬੇਕਿੰਗ ਸੋਡਾ ਦੇ ਨਾਲ ਜੀ ਹਾਂ ਇੱਕ ਚਮਚ ਬੇਕਿੰਗ ਸੋਡਾ ਇੱਕ ਕਟੋਰੀ ਦੇ ਵਿੱਚ ਲੋ ਹਲਕਾ ਜਿਹਾ ਪਾਣੀ ਪਾ ਕੇ ਸਿਰਫ ਕਿ ਉਹਦੀ ਪੇਸਟ ਬਣ ਜਾਏ ਬੇਕਿੰਗ ਸੋਡਾ ਦੀ ਸਿਰਫ ਇੰਨਾ ਪਾਣਾ ਬਹੁਤ ਜ਼ਿਆਦਾ ਨਹੀਂ ਪਾਣਾ ਹੈ ਥੋੜਾ ਜਿਹਾ ਪਾ ਕੇ ਉਸੇ ਪੇਸਟ ਟਾਈਪ ਉਸ ਨੂੰ ਬਣਾ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਕੇਲੇ ਦੇ ਛਿਲਕੇ ਦਾ ਅੰਦਰਲਾ ਪਾਸ ਹੈ ਉਸ ਦੇ ਉੱਪਰ ਤੁਸੀਂ ਮਿਕਸ ਕਰ ਕਰਕੇ ਜੋ ਹੈ ਅ ਚੰਗੀ ਤਰ੍ਹਾਂ ਜਿਹੜਾ ਬੇਕਿੰਗ ਸੋਡਾ ਦਾ ਆਪਾਂ ਪੇਸਟ ਤਿਆਰ ਕੀਤਾ ਉਸ ਨੂੰ ਫੈਲਾ ਕੇ ਬਣਾ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਹੁਣ ਮਿਸ਼ਰਣ ਲੱਗ ਗਿਆ ਕੇਲੇ ਦੇ ਛਿਲਕੇ ਦੇ ਉੱਪਰ ਇਸ ਨੂੰ ਤੁਸੀਂ ਆਪਣੇ ਦੰਦਾ ਦੇ ਉੱਪਰ ਲੇਅਰ ਦੇ ਉੱਪਰ ਰੱਖ ਦੇਣਾ ਅੱਛੀ ਤਰ੍ਹਾਂ ਦੇ ਨਾਲ ਉੱਪਰ ਵੀ ਲਗਾ ਲਓ نیچے ਵੀ ਲਗਾ ਲਓ ਇੱਕ ਵਾਰੀ ਅਗਰ ਤੁਸੀਂ ਲਗਾ ਸਕੋ ਫਸਟ ਟਾਈਮ ਹੋ ਜਾਦਾ ਤੁਹਾਨੂੰ ਥੋੜੀ ਪ੍ਰੋਬਲਮ ਲੱਗੇ ਇੱਕ ਦੋ ਵਾਰੀ ਤੁਸੀਂ ਇਸ ਨੂੰ ਯੂਜ਼ ਕਰੋਗੇ ਨਾ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਵੇਂ ਆਰਾਮ ਦੇ ਨਾਲ ਤੁਸੀਂ ਛਿਲਕੇ ਨੂੰ ਦੰਦਾਂ ਦੇ ਉੱਪਰ ਲਗਾ ਸਕਦੇ ਹੋ ਸੋ ਦੰਦਾਂ ਦੇ ਉੱਪਰ ਲਗਾ ਕੇ ਇਸ ਨੂੰ ਤੁਸੀਂ 2-3 ਮਿੰਟ ਤੱਕ ਜ਼ਰੂਰ ਰੱਖਣਾ ਹੈ ਇੱਥੇ ਵੀ ਦੇਖੋ ਧਿਆਨ ਜ਼ਰੂਰ ਰੱਖਣਾ ਹੈ ਅਸੀਂ ਕੇਲੇ ਦੇ ਛਿਲਕਿਆਂ ਨੂੰ ਵਰਤਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੋ ਹੈ ਕੇਲੇ ਸਾ ਛਿਲਕਾ ਜੋ ਹੈ ਤੋਤਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਕਈ ਵਾਰੀ ਕਈ ਵਾਰੀ ਕੁਝ ਕੇਲਿਆਂ ਨੂੰ ਜੋ ਹੈ ਗੰਦਗੀ ਲੱਗੀ ਹੁੰਦੀ ਹੈ ਜਾਂ ਕੋਈ ਹੋਰ ਆਪਾਂ ਕੈਮੀਕਲ ਨਾ ਹੋਵੇ ਇਹ ਵੀ ਧਿਆਨ ਜ਼ਰੂਰ ਰੱਖਣਾ ਹੈ ਤੁਸੀਂ ਕਿ ਕੈਮੀਕਲ ਨਾਲ ਪਕਾਏ ਹੋਏ ਕੇਲੇ ਨਾ ਹੋਣ ਕਿਉਂਕਿ ਤੁਸੀਂ ਉਹਨਾਂ ਛਿਲਕਿਆਂ ਨੂੰ ਯੂਜ਼ ਕਰੋ ਤੇ ਕੈਮੀਕਲ ਜੋ ਹੈ ਤੁਹਾਡੇ ਦੰਦਾਂ ਨੂੰ ਲੱਗ ਜਾਏ ਇਹ ਧਿਆਨ ਜ਼ਰੂਰ ਰੱਖਣਾ ਹੈ ਤੁਸੀਂ ਕਿ ਨੈਚੁਰਲ ਪਕਾਏ ਆਏ ਗਏ ਕੇਲੇ ਹੋਣ ਉਸਦਾ ਹੀ ਛਿਲਕਾ ਤੁਸੀ ਇਸਤੇਮਾਲ ਕਰਨਾ ਹੈ اچھی طرح ਪਹਿਲਾਂ ਕੇਲਾ ਖਾਣ ਤੋਂ ਪਹਿਲਾਂ ਹੀ ਛਿਲਕਾ ਧੋ ਲੋ ਕੇਲਾ ਛਿਲਕਾ ਸਮੇ ਤੁਸੀ ਧੋ ਲੋ ਕੇਲਾ ਖਾਨ ਤੋਂ ਬਾਅਦ ਤੁਸੀ ਫਿਰ ਇਸ ਸਾਫ ਛਿਲਕੇ ਨੂੰ ਹੀ ਯੂਜ਼ ਕਰਨਾ ਹੈ ਸੋ ਜਿਹੜਾ 2-3 ਮਿੰਟ ਤੱਕ ਤੁਸੀ ਆਪਣੇ ਦੰਦਾਂ ਤੇ ਇਸ ਨੂੰ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਇਹ ਛਿਲਕਾ ਕੱਢ ਦਿਓ ਨਾਰਮਲ ਪਾਣੀ ਦੇ ਨਾਲ ਗੁੱਲਾ ਕਰੋ ਕੁੱਲੀ ਕਰੋ ਔਰ ਉਸ ਤੋਂ ਬਾਅਦ ਆਪਣਾ ਪੂਰਾ ਮੂੰਹ ਜੋ ਹੈ ਸਾਫ ਕਲੀਅਰ ਕਰ ਲਓ ਤੇ ਤੁਸੀ ਹਫਤੇ ਦੇ ਵਿੱਚ ਸਿਰਫ 2 ਵਾਰ ਇਸ ਢੰਗ ਨੂੰ ਵਰਤਣਾ ਹੈ ਹਰ ਹਫਤੇ ਆਪਣੇ ਦਿਨ ਫਿਕਸ ਕਰ ਲਓ ਕਿ ਕਿਹੜੇ-ਕਿਹੜੇ ਦਿਨ ਮੈਂ ਇਸ ਨੂੰ ਕਰਨਾ ਹੈ ਔਰ ਫਿਕਸ ਟਾਈਮ ਤੇ ਉੱਪਰ ਤੁਸੀ ਹਫਤੇ ਵਿੱਚ 2 ਦਿਨ ਕਰੋ 1 ਮਹੀਨਾ ਤੁਸੀਂ ਰੈਗੂਲਰ ਇਸ ਨੂੰ ਐਵੇਂ ਇਸਤੇਮਾਲ ਕਰਕੇ ਦੇਖੋਗੇ ਨਾ ਤਾਂ ਤੁਸੀਂ ਪਾਓਗੇ ਕਿ ਵਾਕਈ ਤੁਹਾਡੇ ਦੰਦ ਜਿਨ੍ਹਾਂ ਉੱਪਰ ਪੀਲਾਪਣ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਕਰਕੇ ਤੁਹਾਡਾ ਕੌਨਫੀਡੈਂਸ ਜੋ ਹੈ ਘਟਣਾ ਸ਼ੁਰੂ ਹੋ ਗਿਆ ਸੀ ਕਿਤੇ ਵੀ ਸਮਾਈਲ ਕਰਨ ਵੇਲੇ ਖੁੱਲ ਕੇ ਹੱਸਣ ਵੇਲੇ ਤੁਹਾਨੂੰ ਦੋ ਵਾਰ ਸੋਚਣਾ ਪੈਂਦਾ ਸੀ ਕਿਤੇ ਮੇਰੇ ਦੰਦ ਬੁਰੇ ਤਾਂ ਨਹੀਂ ਲੱਗ ਰਹੇ ਕਿਤੇ ਸਾਹਮਣੇ ਵਾਲੇ ਨੂੰ ਮੇਰੇ ਦੰਦ ਬਹੁਤ ਜ਼ਿਆਦਾ ਪੀਲੇ ਤਾਂ ਨਹੀਂ ਨਜ਼ਰ ਆ ਰਹੇ ਜਾਂ ਫਿਰ ਮਨ ਵਿੱਚ ਖਿਆਲ ਆ ਰਹੇ ਨੇ ਕਿ ਕੋਈ ਟ੍ਰੀਟਮੈਂਟ ਮੈਨੂੰ ਕਰਾ ਹੀ ਲੈਣਾ ਚਾਹੀਦਾ ਹੈ ਆਪਣੀ ਜੋ ਵਾਈਟਨਿੰਗ ਕਰਵਾਉਣ ਦੇ ਲਈ ਇਟ ਇਸ ਦੀ ਸੋ ਇਹ ਕਰਕੇ ਦੇਖ ਲੋ ਵੈਸੇ ਤੁਹਾਨੂੰ ਇਸ ਦੇ ਨਾਲ ਪੱਕਾ ਹੀ ਵਧੀਆ ਰਿਜ਼ਲਟ ਮਿਲਣ ਹੀ ਵਾਲੇ ਨੇ ਔਰ ਜਿਥੇ ਨਾ ਹੁਣ ਇੰਤਜ਼ਾਰ ਕੀਤਾ ਹਲੇ ਤੱਕ ਕੋਈ ਟ੍ਰੀਟਮੈਂਟ ਕਰਾਂ ਤੋਂ ਪਹਿਲਾਂ ਤਾਂ ਇਹ ਕਰ ਲੋਗੇ ਤੁਹਾਨੂੰ ਵਧੀਆ ਇਸ ਦੇ ਨਾਲ ਜ਼ਰੂਰ ਫਰਕ ਪਏਗਾ ਔਰ ਰੈਗੂਲਰ ਕਰਦੇ ਰਹੋਗੇ ਤਾਂ ਤੁਹਾਡੇ ਦੰਦ ਚਮਕਦਾਰ ਮੋਤੀਆਂ ਵਰਗੇ ਬਣਨ ਹੀ ਵਾਲੇ ਨੇ ਸੋ ਕੇਲੇ ਦਾ ਛਿਲਕੇ ਇਸੇ ਵਿੱਚ ਡੇ ਸਾਰੇ ਮਿਨਰਲਸ ਦੀ ਆਪਾਂ ਗੱਲ ਕਰ ਚੁੱਕੇ ਹਾਂ ਤੇ ਉਸ ਦੇ ਆਪਾਂ ਬੇਕਿੰਗ ਸੋਡਾ ਦੀ ਗੱਲ ਕਰੀਏ ਉਹ ਵੀ ਜੋ ਹੈ ਬੜੇ ਬਹੁਤ ਸਾਰੇ ਉਸ ਦੇ ਅੱਛੇ ਇਫੈਕਟਸ ਜੋ ਹੈ ਮਿਲਦੇ ਨੇ ਕਿ ਕੋਈ ਵੀ ਜੋ ਬਹੁਤ ਹੀ ਜ਼ਿੱਦੀ ਸਟੇਨਸ ਜ਼ਿੱਦੀ ਪੀਲਾਪਨ ਅਗਰ ਹੈ ਨਾ ਉਸ ਨੂੰ ਵੀ ਦੰਦਾਂ ਤੋਂ ਹਟਾਉਣ ਦਾ ਕੰਮ ਕਰ ਦਿੰਦਾ ਹੈ ਲੇਕਿਨ ਇਥੇ ਇੱਕ ਦਸਵਾ ਤੁਹਾਨੂੰ ਬਹੁਤ ਜ਼ਿਆਦਾ ਇਸਤੇਮਾਲ ਡੇਲੀ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਹੈ ਬੇਕਿੰਗ ਸੋਡਾ ਹੈ ਦੇਖੋ ਥੋੜਾ ਐਸਿਡਿਕ ਇਫੈਕਟ ਵੀ ਹੁੰਦਾ ਹੈ ਅਗਰ ਤੁਸੀਂ ਡੇਲੀ ਇਸਤੇਮਾਲ ਕਰਨ ਲੱਗ ਜਾਓਗੇ ਤਾਂ ਫਿਰ ਇਹ ਜੋ ਹੈ ਸਾਡੇ ਮਸੂੜੇ ਇਸ ਦੇ ਨਾਲ ਕਮਜ਼ੋਰ ਵੀ ਹੋ ਸਕਦੇ ਨੇ ਸੋ ਅਸੀਂ ਇਸੇ ਲਈ ਉਸ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਦੇ ਨਾਲ 2-3 ਮਿੰਟ ਹੀ ਰੱਖਣਾ ਹੈ ਇਸ ਤੋਂ ਜ਼ਿਆਦਾ ਟਾਈਮ ਵੀ ਨਹੀਂ ਰੱਖਣਾ ਇਹ ਨਾ ਹੋਵੇ ਦੰਦਾਂ ਦਾ ਪੀਲਾਪਨ ਦੂਰ ਕਰਦੇ ਕਰਦੇ ਤੁਸੀਂ ਆਪਣੇ ਮਸੂੜਿਆਂ ਦੀ ਕੋਈ ਪ੍ਰੋਬਲਮ ਲੈ ਬੈਠੋ ਸੋ ਹਰ ਚੀਜ਼ ਨੂੰ ਸਹੀ ਢੰਗ ਦੇ ਨਾਲ ਵਰਤਾਂਗੇ ਤਾਂ ਹੀ ਸਾਨੂੰ ਜਿਹੜੇ ਸਾਰੇ ਫਾਇਦੇ ਮਿਲ ਸਕਦੇ ਨੇ ਆਈ ਹੋਪ ਅੱਜ ਦੀ ਇਹ ਵੀਡੀਓ ਇਹ ਜੋ ਘਰੇਲੂ ਤਰੀਕਾ ਘਰੇਲੂ ਨੁਸਖਾ ਤੁਹਾਨੂੰ ਮੈਂ ਦੱਸਿਆ ਕੇਲੇ ਦੇ ਛਿਲਕੇ ਦੇ ਨਾਲ ਕਿਵੇਂ ਤੁਸੀਂ ਆਪਣੇ ਦੰਦਾਂ ਦਾ ਪੀਲਾਪਨ ਦੂਰ ਕਰ ਸਕਦੇ ਹੋ ਮੋਤੀਆਂ ਵਰਗੇ ਸਫੇਦ ਦੰਦ ਬਣਾ ਸਕਦੇ ਹੋ ਇਸ ਨੂੰ ਜ਼ਰੂਰ ਅਜ਼ਮਾਓ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਵੇਂ ਦਾ ਫਰਕ ਪਿਆ ਇਸ ਦੇ ਨਾਲ ਤੁਹਾਨੂੰ ਤੇ ਜੇਕਰ ਤੁਸੀਂ ਵੀ ਦੰਦਾਂ ਨੂੰ ਸੁੰਦਰ ਬਣਾਉਣ ਦੇ ਲਈ ਜਾਂ ਪੀਲਾਪਨ ਦੂਰ ਕਰਨ ਦੇ ਲਈ ਕੋਈ ਖਾਸ ਚੀਜ਼ ਵਰਤਦੇ ਹੋ ਘਰੇਲੂ ਨੁਸਖਾ ਤੁਹਾਡੇ ਕੋਲ ਵੀ ਹੈ ਜ਼ਰੂਰ ਕਮੈਂਟਸ ਦੇ ذریعے ਸਾਂਝਾ ਕਰਿਓ ਤਾਂ ਕਿ ਉਸ ਉੱਪਰ ਵੀ ਵੀਡੀਓ ਬਣਾਈ ਜਾਏ ਤੇ ਹੋਰਾਂ ਨੂੰ ਵੀ ਉਸ ਘਰੇਲੂ ਨੁਸਕੇ ਦਾ ਫਾਇਦਾ ਮਿਲ ਸਕੇ म के नुस्खा सब शेयर जरूर करा चाहे रील के जरिए चाहे प्रॉपर वीडियो के जरिए तो नाम मैनशन करके तरीका तो भी मैं सारे दे नाल जरूर शेयर करूंगी सो so, अगर वीडियो वजी लगी है लाइक एंड शेयर जरूर कर देना पेज नाले तक फॉलो नहीं किया फटाफट फॉलो कर दो यूट्यूब चैनल हैल्थ एडवाइस विद हरजोत कौर सबसक्राइब नहीं किया फटाफट सबसक्राइब भी कर दो मिलोंगे जल्दी ही सेहत न जुड़ी होर खास जानकारी दे फिलहाल फ़ड ही दौ जी इजाजत सत